ਅਸਿਕਾਲ ਜੀ ਰੱਦ ਹੋਈਆਂ ਪੰਚਾਇਤੀ ਜਿਹੜੀਆਂ ਚੋਣਾਂ ਨੇ ਉਹਨਾਂ ਦੀ ਤਰੀਕ ਦਾ ਜਿਹੜਾ ਜਲਦ ਐਲਾਨ ਹੋਵੇਗਾ ਨਵੀਂ ਤਰੀਕ ਉਥੇ ਦਿੱਤੀ ਜਾਵੇਗੀ ਤੇ ਦੁਵਾਰ ਤੋਂ ਜਿਹੜੀਆਂ ਉਹ ਚੋਣਾਂ ਹੋਣੀਆਂ ਤੁਹਾਨੂੰ ਦੱਸ ਦਈਏ ਕਿ ਕਈ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੇ ਜਿਹੜੀਆਂ ਹੋ ਰੱਦ ਕੀਤੀਆਂ ਗਈਆਂ ਨੇ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਥੇ ਤੁਹਾਨੂੰ ਦੱਸ ਦਈਏ ਕਿ ਅੱਜ ਹੀ ਦੋ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੋ ਪਿੰਡ ਨੇ ਇਹ ਜਿੱਥੇ ਕਿ ਪੰਚਾਇਤੀ ਚੋਣਾਂ ਰੱਦ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਪਾਂਚੀ ਦੀ ਜਿਹੜੀ ਚੋਣ ਉਹਨਾਂ ਪਿੰਡਾਂ ਦੇ ਵਿੱਚ ਹੋਵੇਗੀ ਤੇ ਸਰਪੰਚੀ ਦੀ ਜਿਹੜੀ ਚੋਣ ਆ ਉਸ ਪਿੰਡਾਂ ਉਹਨਾਂ ਪਿੰਡਾਂ ਦੇ ਵਿੱਚ ਰੱਦ ਕਰ ਦਿੱਤੀ ਗਈ ਹੈ ਤੇ ਜਲਦ ਆ ਜਿਹੜੀ ਉਹ ਦੁਬਾਰ ਤੋਂ ਨਵੀਂ ਤਰੀਕ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਕੱਲ ਹਾਈ ਕੋਰਟ ਦੇ ਵਿੱਚ ਇਹ ਫੈਸਲਾ ਆਇਆ ਸੀ ਕਿ ਸਾਰੇ ਪਿੰਡਾਂ ਦੇ ਵਿੱਚ ਚੋਣਾਂ ਕਰਵਾਈਆਂ ਜਾਣ ਤੇ ਪਟੀਸ਼ਨਾਂ ਜਿਹੜੀਆਂ ਉਹ ਖਾਰਜ ਕਰ ਦਿੱਤੀਆਂ ਗਈਆਂ ਸਨ ਉੱਥੇ ਤੁਹਾਨੂੰ ਦੱਸ ਦਈਏ ਕਿ ਗਿੱਦੜਵਾ ਹਲਕੇ ਦੇ 20 ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਤੇ ਜਿਹੜੀ ਰੋਕ ਲੱਗੀ ਹੋਈ ਸੀ ਤੇ ਉਹ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਹੀ ਜਿਹੜੀਆਂ ਉਹ ਪਹਿਲਾਂ ਤੋਂ ਹੀ ਰੱਦ ਕੀਤੀਆਂ ਹੋਈਆਂ ਸਨ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿਚਾਲੇ ਅੱਜ ਫੇਰ ਦੋ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਰੱਦ ਕੀਤੀਆਂ ਗਈਆਂ ਤੇ ਦੁਬਾਰਾ ਤੋਂ ਉੱਥੇ ਜਿਹੜੀ ਚੋਣ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ ਤਾਂ ਉਸੇ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਗਿੱਦੜਬਾਹ ਦੇ ਵਿੱਚ ਵੀ ਚੋਣ ਕਮਿਸ਼ਨ ਦੇ ਵੱਲੋਂ ਹੀ ਜਿਹੜੀਆਂ ਇਹ ਚੋਣਾਂ ਰੱਦ ਕੀਤੀਆਂ ਗਈਆਂ ਚੋਣਾਂ ਤੇ ਰੋਕ ਲਾਈ ਗਈ ਹੈ ਤਾਂ ਗਿੱਦਰਬਾਹਾ ਦੇ ਵਿੱਚ ਵੀ ਦੁਵਾਰ ਤੋਂ ਜਿਹੜੀ ਇਹ ਤਰੀਕ ਦਾ ਐਲਾਨ ਹੋ ਸਕਦਾ ਹੈ ਜਿਹੜੀ ਨਵੀਂ ਤਰੀਕ ਹੈ ਉਹ ਗਿੱਦਰਬਾਹਾ ਦੇ ਪਿੰਡਾਂ ਦੇ ਵਿੱਚ ਵੀ ਦਿੱਤੀ ਜਾ ਸਕਦੀ ਹੈ ਜਿਵੇਂ ਕਿ ਅੱਜ ਹੀ ਜੇ ਆਪਾਂ ਗੱਲ ਕਰੀਏ ਦੋ ਪਿੰਡਾਂ ਦੇ ਵਿੱਚ ਨਵੀਂ ਤਰੀਕ ਮਿਲੇਗੀ ਚੋਣਾਂ ਰੱਦ ਹੋ ਗਈਆਂ ਨੇ ਚੋਣਾਂ ਵਾਲੇ ਦਿਨ ਕਿਉਂਕਿ ਹਾਈ ਕੋਰਟ ਦਾ ਫੈਸਲਾ ਇੱਕ ਵੱਖਰਾ ਫੈਸਲਾ ਸੀਗਾ ਜਿੱਥੇ ਕਿ ਪਟੀਸ਼ਨਾਂ ਦਰਜ ਕੀਤੀਆਂ ਸੀਗੀਆਂ ਲੋਕਾਂ ਵੱਲੋਂ ਕਿਸੇ ਨੂੰ ਐਨਓਸੀ ਨਹੀਂ ਮਿਲੀ ਸੀ ਕਿਸੇ ਨੂੰ ਕੁਝ ਹੋਰ ਜਾਂ ਕਿਸੇ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸੀ ਤਾਂ ਉਹ ਇੱਕ ਮਾਮਲਾ ਵੱਖਰਾ ਸੀ ਤਾਂ ਅੱਜ ਦੋ ਪਿੰਡ ਹੋਰ ਇਹ ਚੋਣ ਕਮਿਸ਼ਨ ਵੱਲੋਂ ਰੱਦ ਕੀਤੇ ਗਿਆ ਤਾਂ ਗਿੱਦੜਬਾਹਾ ਦੇ ਵਿੱਚ ਵੀ ਸੇਮ ਸਥਿਤੀ ਹੈ ਗਿੱਦੜਬਾਹਾ ਦੇ ਵਿੱਚ ਕੋਈ ਪਟੀਸ਼ਨ ਇਹ ਨਹੀਂ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਐਨਓ ਸੁਣੀ ਨਹੀਂ ਮਿਲੀ ਸਾਡੇ ਕਾਗਜ਼ ਰੱਦ ਕਰ ਦਿੱਤੇ ਇਸ ਤਰੀਕੇ ਦਾ ਮਾਮਲਾ ਗਿੱਦੜਬਾਦ ਦੇ ਪਿੰਡਾਂ ਦਾ ਨਹੀਂ ਸੀਗਾ ਗਿੱਦੜਬਾਹਾ ਦੇ ਪਿੰਡਾਂ ਦਾ ਮਾਮਲਾ ਇੱਕ ਵੱਖਰਾ ਮਾਮਲਾ ਸੀਗਾ ਜਿੱਥੇ ਕਿ ਕਾਗਜ਼ ਵੀ ਸਹੀ ਸਨ ਸਾਰਾ ਕੁਝ ਸਹੀ ਸੀਗਾ ਤਾਂ ਕਾਗਜ਼ ਵਾਪਸੀ ਨੂੰ ਲੈ ਕੇ ਜਿਹੜਾ ਇੱਥੇ ਰੌਲਾ ਪਿਆ ਹੋਇਆ ਸੀ ਤਾਂ ਉਸ ਨੂੰ ਲੈ ਕੇ ਚੋਣ ਕਮਿਸ਼ਨ ਪਹਿਲਾਂ ਹੀ ਹਰਕਤ ਦੇ ਵਿੱਚ ਆਇਆ ਸੀਗਾ ਚੋਣ ਕਮਿਸ਼ਨ ਨੇ ਹੀ ਜਿਹੜੇ ਗਿੱਦੜਵਾਹ ਦੇ ਪਿੰਡਾਂ ਹੋਰ ਰੱਦ ਕੀਤੇ ਸੀ ਹਾਈ ਕੋਰਟ ਦਾ ਇਸ ਦੇ ਵਿੱਚ ਕੋਈ ਜਿਹੜਾ ਮਾਮਲਾ ਨਹੀਂ ਸੀ ਤਾਂ ਉਸ ਨੂੰ ਲੈ ਕੇ ਜਲਦ ਸੁਣਵਾਈ ਵੀ ਹੋਵੇਗੀ ਹੋ ਸਕਦਾ ਅੱਜ ਹੀ ਗਿੱਦੜਵਾਹ ਦੇ 20 ਪਿੰਡਾਂ ਦੇ ਵਿੱਚ ਵੀ ਜਿਹੜਾ ਨਵੀਂ ਤਰੀਕ ਦਾ ਉਹ ਐਲਾਨ ਹੋ ਜੇ ਜਾਂ ਕੱਲ ਤੱਕ ਐਲਾਨ ਜਿਹੜਾ ਉਹ ਹੋ ਸਕਦਾ ਕਿਉਂਕਿ ਜਿਮਣੀ ਚੋਣ ਦਾ ਐਲਾਨ ਵੀ ਅੱਜ ਸ਼ਾਮ ਤੱਕ ਜਿਹੜਾ ਗਿੱਦੜਵਾਹ ਵਿੱਚ ਵੀ ਹੋਣੀ ਹੈ ਜਿਮਣੀ ਚੋਣ ਹੋਰ ਹੋਰ ਵੀ ਤਿੰਨ ਥਾਵਾਂ ਤੇ ਚੋਣ ਹੋਣੀ ਹੈ ਤਾ ਉਹਨਾਂ ਨੇ ਤਰੀਕਾ ਦਾ ਵੀ ਐਲਾਨ ਹੋ ਸਕਦਾ ਹੈ ਤਾਂ ਕਿ ਆਸਾਂ ਇਹ ਲਗਾਈਆਂ ਜਾ ਰਹੀਆਂ ਕਿ ਗਿੱਦੜਵਾਹਾ ਦੇ ਜਿਹੜੇ 20 ਪਿੰਡ ਐ ਉੱਥੇ ਵੀ ਜਿਹੜੀ ਪੰਚਾਇਤੀ ਚੋਣਾਂ ਦੀ ਜਿਹੜੀ ਨਵੀਂ ਤਰੀਕਾ ਉਹ ਦਿੱਤੀ ਜਾ ਸਕਦੀ ਹੈ ਦੂਜੇ ਪਾਸੇ ਜੇਕਰ ਸਤਾतिर ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਸਰਪੰਚ ਪਿੰਡਾਂ ਦੇ ਵਿੱਚ ਚੋਣੇ ਜਾ ਚੁੱਕੇ ਐ ਗਿੱਦੜਵਾਹਾ ਦੇ ਜਿਹੜੇ 20 ਪਿੰਡ ਐ ਤਾਂ ਉਹ ਵਰਕਰਾਂ ਰਹਿਣਗੇ ਫੈਸਲਾ ਜਿਹੜਾ ਉਹ ਸਾਡੇ ਹੱਕ ਦੇ ਵਿੱਚ ਆਵੇਗਾ ਜਿਹੜੇ ਜਿਹੜੇ ਸਰਪੰਚ ਬਣ ਚੁੱਕੇ ਐ ਤਾਂ ਉਹ ਵਰਕਰਾਂ ਰਹਿਣਗੇ ਹੁਣ ਦੇਖਣਾ ਤੇ ਇਹ ਹੋਵੇਗਾ ਕਿ ਜਿਹੜੇ 20 ਪਿੰਡਾਂ ਦੇ ਵਿੱਚ ਸਰਪੰਚ ਚੁਣੇ ਜਾ ਚੁੱਕੇ ਐ ਕਿ ਉਹੀ ਬਹਾਲ ਹੁੰਦੇ ਐ ਜਾਂ ਨਵੀਂ ਤਰੀਕ ਦਾ ਲਾਣ ਹੁੰਦਾ ਕਿਉਂਕਿ ਜੇਕਰ ਆਪਾਂ ਮੰਨਿਆ ਜਾਵੇ ਤਾਂ ਇਹ ਜਿਹੜੀਆਂ ਚੋਣਾਂ 20 ਪਿੰਡਾਂ ਦੇ ਵਿੱਚ ਰੱਦ ਹੋਈਆਂ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰਾਦੇ ਜਿਹੜੀਆਂ ਕੀਤੀਆਂ ਗਈਆਂ ਜਦੋਂ ਇਲੈਕਸ਼ਨ ਕਮਿਸ਼ਨ ਹੀ ਇਸ ਚੀਜ਼ ਨੂੰ ਮੰਨ ਨਹੀਂ ਰਿਹਾ ਕਿ ਇਹ ਪਿੰਡਾਂ ਦੇ ਵਿੱਚ ਕੁਝ ਨਾ ਕੁਝ ਤਾਂੜੀ ਹੋਈ ਹੈ ਜਾਂ ਗਲਤ ਹੋਇਆ ਹੈ ਤਦਵਾਰ ਤੋਂ ਜਿਹੜੀ ਉਹ ਤਰੀਕ ਦਿੱਤੀ ਜਾ ਸਕਦੀ ਹੈ ਇਸ ਦਾ ਤਾਜ਼ਾ ਸਬੂਤ ਹੈ ਜਿਹੜਾ ਅੱਜ ਜਿਹੜੀਆਂ ਦੋ ਪਿੰਡਾਂ ਦੇ ਵਿੱਚ ਚੋਣਾਂ ਰੱਦ ਹੋਈਆਂ ਤਾਂ ਉੱਥੇ ਨਵੀਂ ਤਰੀਕ ਦਾ ਜਿਹੜਾ ਐਲਾਨ ਹੋਵੇਗਾ ਤੇ ਸਰਪੰਚੀ ਦੀ ਜਿਹੜੀ ਕਲੀ ਉੱਥੇ VOTING ਆ ਉਹ ਨਵੀਂ ਤਰੀਕ ਤੇ ਹੋਵੇਗੀ ਤਾਂ ਗਿੱਦਰਬਾਹਾ ਦਾ ਵੀ ਉਹ ਸੇਮ ਮਾਅਵਲਾ ਤੁਹਾਨੂੰ ਦੱਸ ਦਈਏ ਕਿ ਕੱਲ ਦਾ ਜੋ ਗਿੱਦਰਬਾਹਾ ਹਲਕੇ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਰੱਦ ਹੋ ਗਈਆਂ ਚੋਣਾਂ ਹੋਣਗੀਆਂ ਉਸ ਨੂੰ ਇੱਕ ਸਮਝਣ ਦੀ ਲੋੜ ਹੈ ਕਿ ਹਾਈ ਕੋਰਟ ਨੇ ਵੀ ਇਹੀ ਕਿਹਾ ਹੈ ਕਿ ਭਾਈ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਕਿਉਂਕਿ ਪਟੀਸ਼ਨਾਂ ਜਿਹੜੀਆਂ ਦਰਜ ਹੋਈਆਂ ਸੀ ਉਹ ਇਹ ਹੋਈਆਂ ਸੀਗੀਆਂ ਕਿ ਪੰਚਾਇਤੀ ਚੋਣਾਂ ਰੋਕੀਆਂ ਜਾਣ ਜਾਂ ਲੇਟ ਕੀਤੀਆਂ ਜਾਣ ਪਰ ਹਾਈ ਕੋਰਟ ਨੇ ਕਿਹਾ ਕਿ ਨਹੀਂ ਭਾਈ ਜਿਹੜੀਆਂ ਪੰਚਾਇਤੀ ਚੋਣਾਂ ਉਹ ਕਰਵਾਈਆਂ ਜਾਣ ਤਾਂ ਗਿੱਦੜਵਾਹ ਦੇ ਵਿੱਚ ਕੋਈ ਐਸੀ ਪਟੀਸ਼ਨ ਨਹੀਂ ਹੈ ਜਿਹੜੀ ਕਿ ਕਹਿੰਦੀ ਹੋਵੇ ਕਿ ਚੋਣਾਂ ਰੋਕ ਦਿਓ ਗਿੱਦੜਵਾਹ ਹਲਕੇ ਦੇ ਜਿਹੜੇ 20 ਪਿੰਡ ਉਹ ਹੀ ਮੰਗ ਕਰ ਰਹੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਚੋਣਾਂ ਕਰਵਾਈਆਂ ਜਾਣ ਤਾਂ ਹਾਈ ਕੋਰਟ ਵੀ ਜਿਹੜਾ ਚੋਣਾਂ ਕਰਵਾਉਣ ਦੇ ਪੱਖ ਦੇ ਵਿੱਚ ਹੀ ਹੈ ਕੱਲ ਵੀ ਉਹਨਾਂ ਨੇ ਇਹੀ ਫੈਸਲਾ ਦਿੱਤਾ ਕਿ ਚੋਣਾਂ ਕਰਵਾਈਆਂ ਜਾਣ ਸੱਗ ਗਦਰਵਾਦੇ ਜਿਹੜੇ 20 ਪਿੰਡ ਆ ਉਹ ਵੀ ਇਹੀ ਮੰਗ ਕਰ ਰਹੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਚੋਣਾ ਉਹ ਕਰਵਾਇਆ ਜਾਣ ਤਾਂ ਇਹ ਕਾਰ ਸੰਜਤ ਇਹੀ ਲਗਾਈਆਂ ਜਾ ਰਹੀਆਂ ਕਿ ਜਿਵੇਂ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪਹਿਲਾਂ ਹੀ ਇੱਥੇ ਜਿਹੜੀਆਂ ਪੰਚਾਇਤਾਂ ਜਿਹੜੀਆਂ ਬਣੀਆਂ ਸੀ ਉਹ ਰੱਦ ਕਰ ਦਿੱਤੀਆਂ ਗਈਆਂ ਸਨ ਕਹਿਣ ਤਾਂ ਆਪਾਂ ਚੋਣਾ ਰੱਦ ਕਰ ਦਿੱਤੀਆਂ ਸਨ ਤਾਂ ਤਰੀਕ ਹੈ ਜਿਹੜੀ ਉਹ ਨਵੀਂ ਦਾ ਜਲਦ ਐਲਾਨ ਹੋ ਸਕਦਾ ਹੈ ਬਾਕੀ ਜੋ ਕੁਝ ਵੀ ਹੋਸ ਹੋਵੇਗਾ ਉਹ ਸਭ ਦੇ ਸਾਹਮਣੇ ਹੋਵੇਗਾ ਬੇਸ਼ੱਕ ਸੱਤਾਤਰ ਦਾ ਇਹ ਕਹਿਣਾ ਹੈ ਕਿ ਜੋ ਪੰਚਾਇਤਾਂ ਬਣੀਆਂ ਉਹ ਬਹਾਲ ਰਹਿਣਗੀਆਂ ਤਾ ਦੇਖਣਾ ਹੀ ਹੋਵੇਗਾ ਕਿ ਉਹੀ ਜਿਹੜੀਆਂ ਪੰਚਾਇਤਾਂ 20 ਪਿੰਡਾਂ ਦੇ ਵਿੱਚ ਬਹਾਲ ਰਹਿੰਦੀਆਂ ਜਾਂ ਫਿਰ ਨਵੇਂ ਸਿਰੇ ਤੋਂ ਜਿਹੜੀ ਉਹ ਤਰੀਕ ਦਾ ਲਾਨ ਹੁੰਦਾ ਹੈ ਤੇ ਵੋਟਾਂ ਜਿਹੜੀਆਂ ਇੱਥੇ ਗਿੱਦੜਵਾ ਦੇ 20 ਪਿੰਡਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀਆਂ